ਸ਼ਰਾਬ ਦੇ ਕਾਰੋਬਾਰੀ ਆਸ਼ੂ ਗੌਤਮ ਨਾਂ ਦੇ ਕਾਂਗਰਸੀ ਆਗੂ ਤੇ ਹਮਲਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਕਿ ਆਸ਼ੂ ਗੌਤਮ ਦੇ ਘਰ ਕੋਲ ਮਹਾਵੀਰ ਮੰਦਿਰ ਦੇ ਸਾਹਮਣੇ ਇਲਾਕੇ ਵਿੱਚ ਕੋਈ ਜਾਣ ਪਛਾਤੇ ਵਿਅਕਤੀ ਨੇ ਉਸ ਉੱਤੇ ਹਮਲਾ ਕਰ ਦਿੱਤਾ। ਇਸ ਵਿੱਚ ਆਸ਼ੂ ਗੌਤਮ ਨੂੰ ਕਾਫੀ ਸੱਟਾਂ ਲੱਗੀਆਂ ਨੇ। ਆਸ਼ੂ ਗੌਤਮ ਦੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੂਜੇ ਪਾਸੇ ਆਸ਼ੂ ਗੌਤਮ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕਰਕੇ ਨਾਮੀ ਵਿਅਕਤੀਆਂ ਤੇ ਕੁੱਟਮਾਰ ਕਰਵਾਉਣ ਦੇ ਦੋਸ਼ ਲਗਾਏ ਨੇ। ਬਿਊਰੋ ਰਿਪੋਰਟ, ਆਵਾਜ਼ ਕਮ ਟੀਵੀ।